ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪੇਸ਼ ਨਹੀਂ ਹੁੰਦਕੀਆ ਖਬਰਾਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੇ ਸਾਲ 2023-24 ਲਈ ਅੰਮ੍ਰਿਤਕਾਲ ਦਾ ਪਹਿਲਾ ਬਜਟ ਅੱਜ ਸੰਸਦ ਵਿੱਚ ਪੇਸ਼ ਕੀਤਾ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਇਹ ਆਖਰੀ ਪੂਰਨ ਬਜਟ ਹੈ ਕਿਉਂਕਿ ਜੋ ਅਗਲੇ ਸਾਲ ਆਮ ਚੋਣਾ ਹੋਣ ਦੇ ਚਲਦਿਆਂ ਅੰਤਰੀਮ ਬਜਟ ਹੀ ਪੇਸ਼ ਕੀਤਾ ਜਾਵੇਗਾ ਆਪਣੇ ਭਾਸ਼ਣ ਵਿੱਚ ਨਿਰਮਲਾ ਸੀ타 ਰਮਨ ਨੇ ਇਸ ਬਜਟ ਨੂੰ ਖੁਸ਼ਹਾਲ ਤੇ ਸਮਾਵੇਸ਼ੀ ਭਾਰਤ ਦੀ ਕਲਪਨਾ ਪੂਰਾ ਕਰਨ ਵਾਲਾ ਬਜਟ ਦੱਸਿਆ। ਉਹਨਾਂ ਕਿਹਾ ਕਿ ਇਨਕਮ ਟੈਕਸ slab ਨੂੰ 6 ਤੋਂ ਘਟਾ ਕੇ 5 ਕੀਤਾ ਗਿਆ ਹੈ ਅਤੇ ਘੱਟ ਤੋਂ ਘੱਟ ਸੀਮਾ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਨਵੀਂ ਕਰ ਸਿਸਟਮ ਇਸਾਰੇ ਟੈਕਸ ਭਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ। ਨਿਊ ਟੈਕਸ ਰੇਟਸ ਆ 0 ਤੋਂ 3 ਲੱਖ ਨਿਲ 3 to 6 lakhs 5% 6 to 9 lakhs 10% 9 to 12 lakhs 15% 12 to 15 lakhs 20% and above 15 lakhs 30% this will provide major relief to all taxpayers in the new regime an individual an individual with an annual income of 9 lakhs Will be required to pay only निर्मला सीतारमन ने कहा कि बैंक प्रबंधन सुधार लाइ नियम सोध की जाएगी ਕੰਪਨੀਆਂ ਦੇ ਫੌਰੀ ਜਵਾਬ ਦੇਣ ਲਈ ਕੇਂਦਰੀ ਡਾਟਾ ਸੰਸਾਧਨ ਕੇਂਦਰ ਖੋਲਿਆ ਜਾਵੇਗਾ ਜਦਕਿ ਸ਼ੇਅਰਾਂ ਅਤੇ ਡਿਵੀਡੈਂਡਾਂ ਨੇ ਮੁੜਦਾਵੀ ਲਈ ਇੱਕਿਕ੍ਰਿਤ ਆਈਟੀ ਪੋਰਟਲ ਬਣਾਇਆ ਜਾਵੇਗਾ ਇਸੇ ਤਰ੍ਹਾਂ ਮੈਲਾ ਸਨਮਾਨ ਬਚਤ ਪੱਤਰ ਯੋਜਨਾ ਦਾ ਐਲਾਨ ਕੀਤਾ ਗਿਆ ਹੈ ਜਦਕਿ ਸੀਨੀਅਰ ਸਿਟੀਜ਼ਨ ਬਚਤ ਯੋਜਨਾ ਦੀ ਹੱਦ 15 ਲੱਖ ਰੁਪਏ ਤੋਂ ਵਧ ਕੇ 30 ਲੱਖ ਰੁਪਏ ਕਰ ਦਿੱਤੀ ਗਈ ਹੈ ਮਹੀਨਾਵਰੀ ਆਮਦਨ ਖਾਤਾ ਸਕੀਮ ਦੀ ਹੱਦ ਵੀ 4.5 ਲੱਖ ਰੁਪਏ ਤੋਂ ਵਧਾ ਕੇ 9 ਲੱਖ ਰੁਪਏ ਤੱਕ ਕੀਤੀ ਗਈ ਹੈ ਸਟਾਰਟਅਪ ਤੇ ਇਨਕਮ ਟੈਕਸ ਲਾਭ ਨੂੰ 1 ਸਾਲ ਲਈ ਵਧਾਉਣ ਅਤੇ ਆਨਲਾਈਨ ਖੇਡਾਂ ਲਈ 10000 ਟੀ ਡੀ ਐਸ ਦੀ ਘੱਟੋ ਘੱਟ ਹੱਦ ਹਟਾਉਣ ਦਾ ਐਲਾਨ ਕਰਦਿਆਂ ਨਿਰਮਲਾ ਸਤੀਤਾ ਰਮਨ ਨੇ ਕਿਹਾ ਕਿ ਅਗਨੀ ਵੀਰ ਨਿਧੀ ਨੂੰ ਈ ਈ ਈ ਪੱਧਰ ਦੀ ਪ੍ਰਵਾਨਗੀ ਦਿੱਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸੂਬਿਆਂ ਨੂੰ ਜੀਐਸਟੀਪੀ ਦੇ ਸਾਢੇ 3% ਤੱਕ ਮਾਲੀ ਘਾਟੇ ਦੀ ਪਰਪਾਈ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬਿਆਂ ਦਾ ਮਾਲੀ ਘਾਟਾ ਜੀਡੀਪੀ ਦਾ 6.4% ਰਹਿਣ ਦਾ ਅਨੁਮਾਨ ਹੈ। 2023-24 ਵਿੱਚ 27 ਲੱਖ 20 ਹਜ਼ਾਰ ਕਰੋੜ ਰੁਪਏ ਦੀ ਕੁੱਲ ਪ੍ਰਾਪਤੀ ਦਾ ਅਨੁਮਾਨ ਲਗਾਇਆ ਗਿਆ ਹੈ, ਜਦਕਿ ਇਸੇ ਅਰਸੇ ਦੌਰਾਨ ਖਰਚਦਾ ਅਨੁਮਾਨ 45 ਲੱਖ ਕਰੋੜ ਰੁਪਏ ਹੈ। ਸਾਲ 2023-24 ਵਿੱਚ ਮਾਲੀ ਘਾਟੇ ਦਾ ਅਨੁਮਾਨ 5.9% ਦੇ ਨਿਰਮਲਾ ਸੀ타 ਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੁਨਰ ਵਿਕਾਸ ਯੋਜਨਾ ਸਫਰ ਫੋਰ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤਹਿਤ 30 ਸਕਿੱਲ ਇੰਡੀਆ ਇੰਟਰਨੈਸ਼ਨਲ ਸੈਂਟਰ ਬਣਾਈ ਜਾਣਗੇ ਜਿਨ੍ਹਾਂ ਰਾਹੀਂ 47 ਲੱਖ ਨੌਜਵਾਨਾਂ ਨੂੰ ਕੌਮੀ ਸਿੱਖਾਈ ਪ੍ਰੋਤਸਾਹਨ ਯੋਜਨਾ ਦਾ ਲਾਭ ਦਿੱਤਾ ਜਾਵੇਗਾ ਵਿੱਤ ਮੰਤਰੀ ਨੇ ਦੱਸਿਆ ਕਿ ਇੱਕ ਜ਼ਿਲ੍ਹਾ ਇੱਕ ਉਤਪਾਦਲੀ ਯੂਨਿਟੀ ਮਾਲ ਸਥਾਪਿਤ ਕੀਤੇ ਜਾਣਗੇ ਐਮਐਸਐਮਈ ਲਈ ਕਰਜ਼ਾ ਗਰੰਟੀ ਦੀ ਨਵੀਂ ਯੋਜਨਾ ਸ਼ੁਰੂ ਕਰਨ ਦੇ ਨਾਲ ਕੌਮੀ مالی ਸੂਚਨਾ ਰਜਿਸਟਰੀ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਗਿਫਟ ਆਈ ਐਫ ਐਸ ਸੀ ਵਿੱਚ ਵਪਾਰ ਨੂੰ ਹਲਾਸ਼ੇ ਰਿ ਦੇਣ ਲਈ ਕਈ ਉਪਰਾਲੇ ਕੀਤੇ ਜਾਣਗੇ। ਸੰਸਦ ਵਿੱਚ ਵਿੱਤ ਮੰਤਰੀ ਵੱਲੋਂ ਅੱਜ ਪੇਸ਼ੇ ਬਜਟ ਦੀ ਆਮ ਲੋਕਾਂ ਨੇ ਸ਼ਲਾਘਾ ਕੀਤੀ। ਰੂਪਨਗਰ ਵਿਖੇ ਸਾਡੇ ਨੁਮਾਇੰਦੇ ਅਵਤਾਰ ਸਿੰਘ ਕੰਬੋਸ਼ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਉਹਨਾਂ ਦੀਆਂ ਆਸਾਂ ਤੇ ਇਹ ਸਰਕਾਰ ਪੂਰੀ ਤਰ੍ਹਾਂ ਖਰਾ ਉਤਰੇਗੀ। ਔਰ ਬਹੁਤ ਹੀ ਵਧੀਆ ਬਜਟ ਪੇਸ਼ ਹੋਇਆ ਏ ਪ੍ਰਧਾਨ ਮੰਤਰੀ ਆਵਾਸ ਯੋਜਨਾ ਜੋ ਕਿ ਪਹਿਲਾਂ 18000 ਕਰੋੜ ਸੀ ਹੁਣ 79000 ਕਰੋੜ ਸਿੱਧੀ ਸਿੱਧੀ 4 ਗੁਣਾ ਜਿਹੜੀ ਕਰ ਦਿੱਤੀ ਗਈ ਆ ਪਹਿਲਾਂ ਸਾਡੇ ਰੋਪੜ ਦੇ ਵਿੱਚ ਕਈ ਜ਼ਰੂਰਤਮੰਦ ਪਰਿਵਾਰਾਂ ਨੇ ਆਵਾਸ ਯੋਜਨਾ ਦਾ ਫਾਇਦਾ ਚੱਕਿਆ ਔਰ ਮੈਨੂੰ ਆਸ ਹੁਣ 4 ਗੁਣਾ ਵਧਨ ਕਰਕੇ ਜਿਹੜੇ ਪਰਿਵਾਰ ਰਹਿ ਗਏ ਸੀ ਉਹਨਾਂ ਨੂੰ ਵੀ ਹੁਣ ਦੁਆਰ ਤੇ ਜਿਹੜਾ ਉਹਦਾ ਫਾਇਦਾ ਚੁੱਕਣ ਦਾ ਮੌਕਾ ਦੇਊਗਾ ਇਸ ਦੇ ਨਾਲ ਨਾਲ ਹੀ ਜਿਹੜਾ ਖੇਤੀ ਦੇ ਲਈ ਕਿਸਾਨਾਂ ਦੇ ਲਈ ਇੱਕ 20 ਲੱਖ ਕਰੋੜ ਦਾ ਜਿਹੜਾ ਲੋਨ ਫੰਡ ਉਹ ਰੱਖਿਆ ਗਿਆ ਏ ਉਹਦੇ ਲਈ ਕਿਸਾਨਾਂ ਨੂੰ ਬੜੀ ਹੀ ਰਾਹਤ ਮਿਲੇਗੀ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਆਪਣੇ 2 ਦਿਨ ਦੇ ਦੌਰੇ ਦੀ ਸ਼ੁਰੂਆਤ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਅਜ ਪਠਾਨਕੋਟ ਤੋਂ ਕੀਤੀ। ਉਹਨਾਂ ਸਰਹੱਦੀ ਇਲਾਕਿਆਂ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਤੋਂ ਜਾਣਕਾਰੀ ਹਾਸਲ ਕੀਤੀ। ਮਗਰੋਂ ਭਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੋ ਮੰਤਰੀ ਸਰਹੱਦਾਂ ਲੱਗਦੇ ਸੂਬੇ ਦੇ 6 ਸਰਹੱਦੀ ਜ਼ਿਲ੍ਹੇ ਬੇहद ਨਾਜ਼ੁਕ ਨੇ ਕਿਉਂਕਿ ਜੋ ਪਾਕਿਸਤਾਨ ਸ਼ੈਤਾਨੀ ਕਰਨ ਤੋਂ ਬਾਝ ਨਹੀਂ ਆ ਰਿਹਾ ਅਤੇ ਡਰੋਨ ਰਾਹੀਂ ਨਸ਼ਾ ਪੰਜਾਬ ਵਿੱਚ ਭੇਜ ਰਿਹਾ ਹੈ। ਰਾਜਪਾਲ ਪੁਰੀਹਤ ਨੇ ਦੱਸਿਆ ਕਿ ਸਰਹੱਦੀ ਰਾਖੀ ਲਈ ਨਵੇਂ ਉਪਕਰਨ ਛੇਤੀ ਹੀ ਲਗਾ ਦਿੱਤੇ ਜਾਣਗੇ ਤਾਂ ਜੋ ਡਰੋਨ ਦੀਆਂ ਗਤੀਵਿਧੀਆਂ ਤੇ ਕਾਬੂ ਪਾਇਆ ਜਾ ਸਕੇ ਖਬਰਾਂ ਦੇ ਬਲੈਟਿਨ ਸਾਡੇ ਦਰਸ਼ਕ ਕਰਨ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਤੇ ਇਸ ਨਾਲ ਹੀ ਖਬਰਾਂ ਦਾ ਬਲੈਟਿਨ ਖਤਮ ਹੋਇਆ ਜੀ ਦਾਸਦੀਓ ਨਮਸਕਾਰ